ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਅੱਜ ਦੇ ਸੈਗਮੈਂਟ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਦੋ ਮਹਿਮਾਨਾਂ ਦੇ ਨਾਲ, ਜਿਹੜਾ ਕਿ ਇੱਕ ਬਹੁਤ ਹੀ ਵਰਦੀ ਕੌਜ਼ ਜੋ ਹੈ ਭਾਰਤ ਵਿੱਚ ਜਾ ਕੇ ਕਰਦੇ ਨੇ। ਫਰੈਂਡਸ ਫੋਰ ਕੌਜ਼ ਨਾਂ ਦੀ ਇੱਕ ਸੁਸਾਇਟੀ ਬਣਾਈ ਗਈ ਹੈ, ਜਿਸ ਦਾ ਮਕਸਦ ਹੈ ਭਾਰਤ ਵਿੱਚ ਜਾ ਕੇ ਉਹਨਾਂ ਵਿਅਕਤੀਆਂ ਦੀ ਮਦਦ ਕਰਨੀ ਜਿਨ੍ਹਾਂ ਦੀ ਕਿ ਆਈਸਾਈਟ ਖਰਾਬ ਹੋ ਚੁੱਕੀ ਹੈ ਜਾਂ ਹੋ ਰਹੀ ਹੈ। ਆ ਉਸ ਸੰਬੰਧ ਵਿੱਚ ਜਾਣਕਾਰੀ ਲੈਂਦੇ ਦੋਨੋਂ ਹੀ ਆਏ ਮਹਿਮਾਨ, ਯੋਗੇਸ਼ ਭਾਟੀਆ ਅਤੇ ਇੰਦਰਜੀਤ ਢਿੱਲੋਂ ਤੋਂ। ਜੀ ਹਾਂ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ। ਸੋ ਇੰਦਰਜੀਤ ਜੀ, ਤੁਹਾਡੇ ਤੋਂ ਸ਼ੁਰੂ ਕਰਦੇ ਹਾਂ ਕਿ ਇਹ ਫਰੈਂਡਸ ਫੋਰ ਕੌਜ਼ ਜਿਹੜੀ ਸੁਸਾਇਟੀ ਬਣਾਈ ਗਈ ਹੈ, ਇਹ ਹੈ ਕੀ ਅਤੇ ਮੁੱਖ ਤੌਰ ਦੇ ਉੱਤੇ ਦਾ ਕੀ ਓਬਜੈਕਟਿਵ ਕੀ ਹੈਗਾ? ਬੇਸਿਕਲੀ ਇਹ ਜਦੋਂ ਅਸੀਂ ਸੁਸਾਇਟੀ ਬਾਰੇ ਸੋਚਿਆ ਇਹ, ਤਾਂ ਅਸੀਂ ਇਹ ਸੋਚਿਆ ਵੀ ਜਿਨ੍ਹਾਂ ਨੂੰ ਇੱਕ ਕੈਟਰੈਕਟ ਸਰਜਰੀ ਦੀ ਲੋੜ ਪੈਂਦੀ ਹੈ, ਬੜੀ ਮਾਰਜਨਲਾਈਜ਼ ਕੈਟਰੈਕਟ ਹੁੰਦੀ ਹੈ ਉਹਨਾਂ ਨੂੰ, ਅਤੇ ਉਹ ਉਦੋਂ ਸੋਚ ਕੇ ਇਹ 10 ਤੋਂ 15 ਬੰਦੇ ਅਸੀਂ ਜੁੜੇ ਇੱਥੇ ਜੁੜ ਕੇ, ਤਾਂ ਅਸੀਂ ਇਹਨੂੰ ਸ਼ੁਰੂ ਕੀਤਾ। ਹੌਲੀ ਹੌਲੀ ਇਹ ਵੱਧਦੀ ਗਈ ਤਾਂ ਆਪਣਾ ਸਾਡਾ ਜਿਹੜਾ ਪ੍ਰੋਜੈਕਟ ਆ ਐਕਸਪੈਂਡ ਹੁੰਦਾ ਰਿਹਾ। ਬੇਸਿਕਲੀ ਸਾਡਾ ਪਰਪਸ ਇਹ ਹੈਗਾ ਵੀ ਜਿਨ੍ਹਾਂ ਨੂੰ ਕੈਟਰੈਕਟ ਦੀ ਪ੍ਰੋਬਲਮ ਆ ਜਾਂਦੀ ਹੈ, ਤਾਂ ਬਹੁਤ ਅਰਲੀ ਸਟੇਜ 'ਤੇ ਡਿਟੈਕਟ ਹੋ ਜਾਵੇ ਇਹ, ਅਤੇ ਡਿਟੈਕਟ ਹੋਣ ਦੇ ਨਾਲ ਉਹਨਾਂ ਦੀ ਆਉਣ ਵਾਲੀ ਆਈਸੈਟ ਜਿਹੜਾ ਅੰਦਰਾਤਾ ਹੋ ਸਕਦਾ ਜਾਂ ਉਹਦੀ ਨਜ਼ਰ ਜਾ ਸਕਦੀ ਹੈ, ਉੱਥੋਂ ਅਸੀਂ ਉਹਨਾਂ ਨੂੰ ਬਚਾ ਸਕੀਏ। ਓਕੇ, ਅਤੇ ਅਸੀਂ ਇਹ ਜਿਹੜੀ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ 2011 ਸ਼ੁਰੂ ਕੀਤਾ ਸੀਗਾ ਰਲ ਕੇ, ਸੋ ਹੌਲੀ ਹੌਲੀ ਚੱਲਦੇ ਗਏ ਅਤੇ ਕਾਫਲਾ ਵੱਡਾ ਹੁੰਦਾ ਗਿਆ। ਬਹੁਤ ਇਹ ਫਰੈਂਡਸ ਫੋਰ ਕੌਜ਼ ਮੈਂ ਜੈਸੇ ਬਤਾਇਆ ਇੰਦਰਜੀਤ ਜੀ ਨੇ ਕਿ 10-15 ਲੋਕੋ ਕੀ ਇਹ ਸੋਚ ਜੋ ਹੈ ਆਜ ਬਹੁਤ ਇਹ ਪ੍ਰਚਲਿਤ ਹੋ ਰਹੀ ਹੈ ਭਾਰਤ ਮੈਂ ਜਾ ਕੇ ਆਪ ਜੋ ਓਪਰੇਸ਼ਨਸ ਕਰਤੇ ਹੈ, ਤੋ ਆਪਕੋ ਇਹ ਆਈਡੀਆ ਕੈਸੇ ਆਇਆ, ਇਸਕੇ ਪੀਛੇ ਕਿਆ ਕਾਰਨ ਕਿਆ ਥਾ? ਕਈ ਵਾਰ ਟ੍ਰੈਜੀਡੀਸ ਮੈਂ ਆਈਡੀਆਸ ਆ ਜਾਤੇ ਹੈ, ਸ਼ੁਰੂਆਤ ਹੋ ਜਾਤੀ ਹੈ। ਇਟ ਵਾਸ ਜਸਟ ਅ ਚਾਂਸ, ਸ਼ੁਰੂ ਹੋ ਗਿਆ ਜੀ। ਜਸਟ ਆਫਟਰ ਦਾ ਫਿਊਨਰਲ ਆਫ ਮਾਈ ਬ੍ਰਦਰ, ਆਈ ਵਾਸ ਸਿਟਿੰਗ ਇਨ ਇੰਡੀਆ, ਔਰ ਇੱਕ ਆਦਮੀ ਹਮਾਰੇ ਦਰਵਾਜ਼ੇ ਪੇ ਆਇਆ, ਜਿਸਕੀ ਆਂਖ ਮੈਂ ਚੋਟ ਲਗੀ ਹੋਈ ਥੀ, ਔਰ ਆਈ ਵਾਸ ਇਨ ਵੈਰੀ ਰੀਅਲੀ, ਮਤਲਬ ਜੋ ਕਹਿਤੇ ਹੈ ਭਾਈ ਫਿਊਨਰਲ ਕਰਕੇ ਆਏ ਹੈ ਆਪਣੇ ਛੋਟੇ ਭਾਈ ਕਾ, ਤੋ ਆਪ ਸੋਚ ਸਕਤੇ ਹੈ ਕਿਆ ਹਾਲਤ ਹੋਗੀ। ਰਾਈਟ, ਫਿਰ ਵੀ ਪਤਾ ਨਹੀਂ, ਮੇਰੇ ਸਾਥ ਇੱਕ ਡਾਕਟਰ ਬੈਠੇ ਥੇ, ਤੋ ਮੈਨੇ ਉਨਸੇ ਕਹਾ ਕੈਨ ਵੀ ਹੈਲਪ ਹਿਮ, ਤੋ ਉਹਨੇ ਕਹਾ ਆਈ ਵੀ ਕੈਨ ਟਰਾਈ। ਉਹਨੇ ਦੇਖਾ, ਉਸਨੇ ਕਹਾ ਕਿ ਆਂਖ ਮੇਂ ਇਸਕੀ ਪ੍ਰੋਬਲਮ ਹੈ, ਮੈਂ ਆਪਣੇ ਬ੍ਰਦਰ ਇਨ ਲਾ ਕੋ ਕਾਲ ਕਰਤਾ ਹੂੰ, ਉਸਕੇ ਬ੍ਰਦਰ ਇਨ ਲਾ ਆਂਖੋਂ ਕੇ ਡਾਕਟਰ ਹੈ। ਕਾਲ ਕਰਾ, ਉਨਕੀ ਐਂਬੂਲੈਂਸ ਆ ਗਈ, ਲੈ ਗਈ, ਉਨਕੀ ਕਾਲ ਆਈ ਕਿ ਭਾਈ 5-6 ਹਜ਼ਾਰ ਕੀ ਮੈਡੀਸਨਸ ਲਗੇਂਗੀ, ਇਸ ਵੀ ਬਾਕੀ ਮੈਂ ਓਪਰੇਸ਼ਨ ਇਸਕਾ ਫ੍ਰੀ ਕਰ ਦੂੰਗਾ, ਲੇਕਿਨ ਇਹ ਠੀਕ ਹੋ ਜਾਏਗਾ। ਤੋ 3-4 ਦਿਨ ਬਾਅਦ ਉਹ ਆਦਮੀ ਮੁਝਸੇ ਫਿਰ ਮਿਲਨੇ ਆਇਆ, ਤੋ ਮੁਝੇ ਬਹੁਤ ਅੱਛਾ ਲਗਾ, ਇੱਕ ਸੈਟਿਸਫੈਕਸ਼ਨ ਹੁਆ ਕਿ ਦੇਖੋ ਵੀ ਕੈਨ ਡੂ ਸਮਥਿੰਗ। ਤੋ ਉਸ ਸਾਲ ਹਮਨੇ 25 ਸਰਜਰੀਸ ਕਰਵਾਈ ਥੀ, ਜਸਟ ਆਫਟਰ ਦਾ ਫਿਊਨਰਲ ਆਫ ਮਾਈ ਬ੍ਰਦਰ, ਔਰ ਫਿਰ ਇਹ ਮੈਂ ਜਬ ਵਾਪਸ ਕੈਨੇਡਾ ਆਇਆ, ਦੋ ਲੋਕ ਕੇ ਸਾਥ ਮੈਨੇ ਆਪਣੇ ਦੋਸਤੋਂ ਕੇ ਸਾਥ ਡਿਸਕਸ ਕਰਾ ਕਿ ਲੈਟਸ ਡੂ ਦਿਸ ਪ੍ਰੋਜੈਕਟ, ਔਰ ਧੀਰੇ ਧੀਰੇ ਫਿਰ ਇਹ 2014 ਮੈਂ ਔਰਗਨਾਈਜੇਸ਼ਨ ਫਾਰਮ ਕਰੀ, ਔਰ 2015 ਮੈਂ ਫਰੈਂਡਸ ਕੌਜ਼ ਫਾਊਂਡੇਸ਼ਨ ਕੋ ਰਜਿਸਟਰ ਕਰਵਾ ਲਿਆ। ਹਮ ਲੋਕ 5-10-15 ਲੋਕ ਹੀ ਫੰਡਸ ਕਲੈਕਟ ਕਰਤੇ ਹੈ, ਕੁਛ ਹਮੇ ਯੂ ਐਸ ਸੇ ਸਪੋਰਟ ਮਿਲਤੀ ਹੈ, ਬਟ ਵੀ ਆਰ ਏਬਲ ਟੂ ਡੂ ਲੋਟ ਇਨ ਇੰਡੀਆ, ਔਰ ਬੜੇ ਪ੍ਰੋਜੈਕਟਸ ਹਮਾਰੇ ਬੜੇ ਹੋਤੇ ਜਾ ਰਹੇ ਹੈ। ਬਹੁਤ ਖੂਬ। ਗਿਫਟ ਸਾਈਟ ਪ੍ਰੋਜੈਕਟ ਜਿਹੜਾ ਇੰਦਰਜੀਤ ਜੀ ਹੈਗਾ, ਉਸ ਦੇ ਵਿੱਚ ਤੁਸੀਂ ਹਰ ਸਾਲ ਭਾਰਤ ਵਿੱਚ ਜਾ ਕੇ ਜਿਸ ਤਰ੍ਹਾਂ ਯੋਗੇਸ਼ ਨੇ ਦੱਸਿਆ ਕੰਮ ਕਰਦੇ ਹੈਗੇ, ਤੋ ਇਸ ਸਾਲ ਤੁਹਾਡਾ ਕੀ ਫੋਕਸ ਕੀ ਹੈਗਾ, ਇਸ ਸਾਲ ਕਿੱਥੇ ਕਰਨਾ ਹੈਗਾ ਕੰਮ? ਬੇਸਿਕਲੀ ਜਿਹੜਾ ਮੈਂ ਜਿਹੜੇ ਹੈਲਪ ਹੁੰਦੀ ਆ ਮੇਰੇ ਵੱਲੋਂ, ਮੇਰੇ ਫਰੈਂਡ ਵੱਲੋਂ ਅਤੇ ਔਰਗਨਾਈਜੇਸ਼ਨ ਨਾਲ ਜਿੱਥੇ ਕਿ ਮੈਂ ਜੁੜਿਆ, ਸਾਡਾ ਸਰਕਲ ਰਹਿ ਜਾਂਦਾ ਕੈਨੇਡਾ ਕੈਨੇਡਾ। ਰਾਈਟ, ਜਿਹੜਾ ਇੰਡੀਆ ਦਾ ਸਾਰਾ ਲੁੱਕ ਆਫਟਰ ਯੋਗੇਸ਼ ਜੀ ਕਰਦੇ ਨੇ। ਠੀਕ ਹੈ। ਫਿਰ ਅਸੀਂ ਇੱਥੇ ਸਾਲ 'ਚ 2 ਵਾਰੀ ਇੱਕ ਡਿਨਰ ਹੋਸਟ ਕਰਦੇ ਹਾਂ ਫੰਡ ਰੇਜ਼ਿੰਗ, ਉਹਦੇ 'ਚ ਇੱਦਾਂ ਨਹੀਂ ਕਿ ਅਸੀਂ ਇਕੱਲੇ ਇਕੱਲੇ ਜਾ ਕੇ ਇਨਵਾਈਟ ਕਰਦੇ ਹਾਂ, ਅਸੀਂ ਜਿਹੜਾ ਫਰੈਂਡ ਹੈਗੇ ਹਾਂ ਉਹੀ ਇਕੱਠੇ ਕਰਦੇ ਹਾਂ, ਅਤੇ ਉੱਥੋਂ ਹੀ ਸਾਡੀ ਜਿਹੜੀ ਆ ਮੂਵਮੈਂਟ ਸ਼ੁਰੂ ਹੋ ਜਾਂਦੀ ਹੈ। ਸੋ ਇੱਥੋਂ ਦਾ ਜਿਹੜਾ ਲੁੱਕ ਆਫਟਰ ਕਹਿ ਲਓ ਉਹ ਰਲ ਮਿਲ ਕੇ ਇੱਥੇ ਹੋ ਜਾਂਦਾ ਫਰੈਂਡਸ ਦੇ ਤੌਰ 'ਤੇ, ਅਤੇ ਯੋਗੇਸ਼ ਹੁਣੀ ਜਿਹੜੇ ਹੈਗੇ ਆ ਉਹ ਉੱਥੇ ਜਾ ਕੇ ਆਪਣਾ ਇੰਡੀਆ ਦਾ ਲੁੱਕ ਆਫਟਰ ਕਰਦੇ ਆ। ਰਾਈਟ, ਸੋ ਇਸ ਸਾਲ ਜੋ ਆਪਣਾ ਮੇਜਰ ਫੋਕਸ ਰਹੇਗਾ ਉਹ ਕੌਣ ਸੇ ਸ਼ਹਿਰੋਂ ਮੇਂ ਰਹੇਗਾ, ਔਰ ਅਗੇਨ ਜੈਸੇ ਇੰਦਰਜੀਤ ਨੇ ਬਾਤ ਕੀਤੀ ਕਿ ਮੇਜਰ ਕਿਆ ਕੈਟਰੈਕਟ ਕੇ ਹੀ ਜੋ ਮਰੀਜ਼ ਹੈ ਉਨਕੋ ਹੀ ਮਦਦ ਦੀ ਜਾਤੀ ਹੈ ਜਾਂ ਕੋਈ ਵੀ ਆਈਸਾਈਟ ਕੀ ਕੋਈ ਪ੍ਰੋਬਲਮ ਹੈ ਉਨਕੋ ਹੈਲਪ ਕੀ ਜਾਤੀ ਹੈ? ਤੋ ਹਮ ਲੋਕ ਇਸ ਸਮੇਂ ਜੋ ਪਹਿਲੇ ਤੋਂ ਮੈਂ ਆਪਕੋ ਬਤਾ ਦੂੰ ਕਿਆ ਜੋਗ੍ਰਾਫਿਕਲ ਏਰੀਆ ਕਵਰ ਕਰ ਰਹੇ ਹੈ। ਜੀ, ਇਹ ਅਲੀਗੜ੍ਹ ਸੇ ਹਮ ਲੋਗੋਂ ਨੇ ਸ਼ੁਰੂ ਕਰਾ ਥਾ। ਓਕੇ। ਔਰ ਅਲੀਗੜ੍ਹ ਸੇ ਹੋਤੇ ਹੋਤੇ ਇਹ ਮਥੁਰਾ ਵ੍ਰਿੰਦਾਵਨ ਔਰ ਰਾਜਸਥਾਨ ਕੀ ਬਾਰਡਰਸ ਕੇ ਵਿਲੇਜਸ ਤੱਕ ਪਹੁੰਚ ਗਿਆ। ਜੀ, ਬਰਸਾਨਾ ਵਗੈਰਾ ਏਰੀਆ, ਔਰ ਜਹਾਂ ਪੇ ਹਮ ਵਿਡੋਜ਼ ਆਫ ਵ੍ਰਿੰਦਾਵਨ ਜਿਨਕੋ ਬਹੁਤ ਸਭੀ ਲੋਕ ਜਾਣਤੇ ਹੈ ਉਨਮੇ ਹਮ ਕਾਮ ਕਰ ਰਹੇ ਹੈ। ਫਿਰ ਇਸਕੇ ਇਲਾਵਾ ਹਮਾਰੇ ਕੋ ਦਿੱਲੀ ਕੀ ਇੱਕ ਔਰਗਨਾਈਜੇਸ਼ਨ ਹਮਾਰੇ ਸਾਥ, ਕਿਉਂਕਿ ਔਰਗਨਾਈਜੇਸ਼ਨ ਜੁੜਤੀ ਹੈ ਛੋਟੀ ਛੋਟੀ, ਤੋ ਦਿੱਲੀ ਕੀ ਇੱਕ ਬਹੁਤ ਅੱਛੀ ਔਰਗਨਾਈਜੇਸ਼ਨ ਜੁੜੀ ਹਮਾਰੇ ਪਾਸ, ਉਨਕਾ ਉਹਨੇ ਨਾਮ ਆਪਣਾ ਰੱਖਾ ਹੈ ਪਿਤਾ ਜੀ ਜੀ ਸੇਵਾ ਗਰੁੱਪ। ਅੱਛਾ ਜੀ। ਉਹ ਲੋਕ ਜੋ ਹੈ ਗਰੁੱਪ ਆਫ ਸਿੱਖ ਫੈਮਿਲੀਜ਼ ਹੈ 5-7,
और दिल्ली में वो शीशगंज गुरुद्वारे के सामने डेली सवेरे जो है अगर आप जाएं तो वहाँ पे देख सकते हैं आप उन लोगों को, वो लोग लोगों की मरहम पट्टी वगैरह करते हैं फ्री ऑफ कॉस्ट, खाना खिलाना दिल्ली में बहुत बड़ा काम चल रहा है उनका। तो उन लोगों के साथ हम लोग इन्वॉल्व हो गए और दिल्ली की एक जगह है जिसको हम पुश्ता कहते हैं जो कि स्लम्स एरिया है जहाँ पे माइग्रेशन माइग्रेटिक पॉपुलेशन रहती है, तो उनके साथ हम लोगों ने पिछले साल से काम शुरू करा है। तो अलीगढ़ का पूरा एरिया जो है, आसपास के विलेजेस, राजस्थान तक के विलेजेस कवर होने, और इसके अलावा दिल्ली के पुश्ता कॉलोनीज के जो जो स्लम्स एरिया हैं उनमें हम लोग ये वर्क कर रहे हैं। बड़े बड़े दो बड़े हॉस्पिटल्स हमारे साथ जुड़े हुए हैं। सिलेक्शन प्रोसेस जो होती है वो मेन गरीब से गरीब आदमी की वो वो हम लोग देखते हैं, और फिर फाइनल मेडिकल के ऊपर, मेडिकल कैसे उनका होना है, सारा मेडिकल चेकअप होके फाइनल कैटरेक्ट होना है, वो लोग हॉस्पिटल्स डिसाइड करते हैं। तो इस तरह से हम अपना प्रोजेक्ट को करते हैं। इस साल आप एक बहुत बड़ा पायलट प्रोजेक्ट जो है भारत में वो लॉन्च कर रहे हैं, उसके मतलब दसिए कि बताएँ कि क्या क्या इसमें कौन कौन इन्वॉल्व है और ख़ासतौर के ऊपर इसकी क्या महत्ता क्या होगी। तो इस बार का जो हमारा एक प्रोजेक्ट है वो हमने बड़ा ही जो है बड़ा टारगेट रखा है। हम लोग 200 से 250 सर्जरीज करवाते हैं हर साल। अभी तक 750 टोटल सर्जरीज हैं, जैसे 25 से स्टार्ट हुई, 100 ही लास्ट ईयर हम लोग 250 सर्जरीज करवा के आए। इस साल की हमारी जो टारगेट है वो 1000 सर्जरीज का है पहला, तो विच इज़ अ वेरी वेरी बिग प्रोजेक्ट। उसमें आपको बहुत हॉस्पिटल्स चाहिए, बहुत बड़े ऑपरेशन थिएटर्स चाहिए, क्योंकि गवर्नमेंट GOI गवर्नमेंट ऑफ इंडिया के किस रूल्स एंड रेगुलेशन हैं उनको फॉलो करना पड़ता है जी। तो इसको हम अलीगढ़ में लॉन्च कर रहे हैं। वी आर ट्राइंग टू रोप इन UP गवर्नमेंट डायरेक्टली और लोकल एडमिनिस्ट्रेशन, रोटरी क्लब्स, लॉयंस क्लब्स, जितने स्कूल्स एंड कॉलेजेस हैं उनके बच्चे, और इसके अलावा जितने वहाँ पर आई सर्जन्स हैं सारे लोकल्स, उनको कॉन्टैक्ट कर रहे हैं। हमारी स्ट्रेटेजी ये है कि एक जागरण ग्रुप है, बड़ा फेमस ग्रुप है जागरण, दैनिक जागरण, जी जी जी, उनसे हम रिक्वेस्ट कर रहे हैं कि वो इसको ऐसा एक पायलट प्रोजेक्ट कम कम्युनिटी प्रोजेक्ट की तरह उठाएं, सबको इन्वॉल्व करें। होता क्या है, जब न्यूज़पेपर में चीज़ें आने लगती हैं तो बहुत सारे लोग जुड़ जाते हैं जी जी। तो हमारा आइडिया ये है कि सभी लोगों को जोड़ के, सारे छोटे बड़े क्लब्स को जोड़ के सबसे रिक्वेस्ट करें कि भाई 10 सर्जरीज आप फंड करिए, 10 आप करिए, डॉक्टर्स कुछ फ्री करें, और ऊपर जो सारे खर्चे होने हैं, इतने कैंप्स ऑर्गेनाइज होंगे, इन्फॉर्मेशन कैंप्स जगह जगह जाकर, छोटे छोटे कैंप्स होते हैं, वॉलंटियर्स के खर्चे हैं, वो हम लोग जाकर वहाँ पर करें। तो सब लोग मिलके अगर एक डेढ़ महीना के कोई भी गरीब आदमी जिसको कैटरेक्ट है बचे नहीं, इस अगर मुहिम के साथ अगर इस काम को डेढ़ महीना करा जाए तो हम समझते हैं बहुत बड़ा टारगेट अचीव हो सकता है। देखिए, इंटेंशन अच्छी हो तो यकीनन तौर के ऊपर रिजल्ट भी उसका अच्छा ही होता है। लेने एक छोटी जी ब्रेक जी, वापस आने देंद्र जी, तुम जिस तरह के कैनेडा ऑपरेशन जुड़े ने साथ देंगे, थोड़ा जो ग्रुप है बहुत सारिया चैरिटीज है अज अं देख देख गए। हाँ जी। सो आम बंदा जोड़ा है वो तुम्हें पता है अपने पंजाबी लोगों के दान देने की बड़ी प्रथा हैगी, चाहते हैं चंगे नेक काम वास्ते अगे आया जाए, किमें कोई इन्वॉल्व हो सकता है, की कुछ करने की लड़ है, इस बारे जानकारी लेने इस ब्रेक तो बाद। वैनकूवर विच मरीन ड्राइव ते स्थित रियल कैनेडियन सुपर स्टोर ओहो वन स्टॉप खरीदारी दा हल है, जिथे तुहानू वैरायटी, वैल्यू ते हर किस्म दियां साउथ एशियन स्पेशलिटीज वाजिब कीमतां ते मिलदियां हन। साफ सुथरियां, हाई क्वालिटी ताजी सब्जियां, फल, बेकरी, डेयरी, रेगुलर ते भारतीय ग्रोसरी इत्थे उपलब्ध है। आओ ते आके इक्को थां तों घर दी लोड़ दी हर एक चीज ले जाओ। For जानकारी ले कॉल करो 604-322-3727। We cater to all your ethnic needs. Thank you for shopping at Superstore on Marine Drive. फ्रेंड्स फॉर कॉज तो आए हुए साढ़े मेहमान सानू दस रहे हैं कि किस तरह भारत में जाके यह लोगों की आईसाइट, खास तौर पर जिन्होंने कैटरैक्ट की समस्या है उन्होंने मदद करते हैं, किस तरह असं भी इसका हिस्सा बन सकते हैं, तो क्यों लोड़ है, और इस संबंध में होर जानकारी लेने दोनों ही मेहमान। सो इंद्रजी जी, इतने जिस तरह मैं पहला ब्रेक तो कह रहा, बहुत सारिया चैरिटीज़ है, कई बार दान देना चाहता कोई व्यक्ति, लेकिन कई बार वो जरा दान एक सही जगह पर यू नो काफ़ी एडमिनिस्ट्रेटिव कॉस्ट हो जाती है, होर खर्चे पै जाते हैं, तुम किमें यकीनी बनाते हो कि जोड़ा भी दान इस संस्था में दिता जाएगा वो सही कॉस्ट ही लगेगा, तो सारे का सारा पैसा उसी पास ही लगेगा। अच्छा, ये इतने जी ऑर्गनाइजेशन है रल के चला रहे हैं, ये बड़ी ट्रांसपेरेंट है। ओके। जो भी फंड होंगे आ, जिस तरह भी होंगे आ, राइट वे जिन्हें मैंबर ने असं उन्होंने ईमेल कर देंगे इन्ने पैसे है इसे बंद ने दिते है, दैन फिर ईयर एंड क्वार्टरली हाफ ईयरली जी स्टेटमेंट होंगी वो भी असं शेयर करते हैं, कोई भी कभी भी क्वेश्चन पूछ सकता। पर मैं ये यही चीज़ दस सकता, अपने दिलों दस सकता,
ਵੀ ਮੰਨ ਲਓ ਵੀ ਅਸੀਂ $100 ਦਾ ਸਾਨੂੰ ਡੋਨੇਸ਼ਨ ਆਈ ਤਾਂ ਸਾਡੇ ਲੱਗ ਗਏ 120 ਰਾਈਟ ਕਦੀ ਅਸੀਂ 20 ਲਈ ਨਹੀਂ ਕਿਹਾ ਵੀ ਹੁਣ 20 ਹੋਰ ਕਿੱਥੋਂ ਆਉਣ ਉਹ ਜੇਬ 'ਚੋਂ ਪੈ ਜਾਂਦੇ ਆ ਰਾਈਟ ਅਤੇ ਉਹ ਕਿੱਥੋਂ ਆਉਂਦੇ ਆ ਉਹ ਪਰਮਾਤਮਾ ਦੇਖਦਾ ਠੀਕ ਸਾਰੇ ਦਾ ਸਾਰਾ ਪੈਸਾ ਜਿਹੜਾ ਉਹ ਕਾਸਟ ਹੀ ਜਾਂਦਾ ਕੋਈ ਐਡਮਿਨਿਸਟ੍ਰੇਟਿਵ ਕਾਸਟ ਨਹੀਂ ਕੋਈ ਆਫਿਸ ਕਾਸਟ ਜ਼ੀਰੋ ਕਾਸਟ ਰਾਈਟ ਇਸ ਕਰਕੇ ਕਿ ਅਸੀਂ ਆਫਿਸ ਹੀ ਘਰ ਰੱਖੇ ਹੋਏ ਨੇ ਰਾਈਟ ਅਤੇ ਦੂਜੀ ਗੱਲ ਅਸੀਂ ਡੋਰ ਟੂ ਡੋਰ ਕਹਿ ਲਓ ਜਾਂ ਆਪਣੇ ਮਾਊਥ ਟੂ ਮਾਊਥ ਹੈਗੇ ਹਾਂ ਉਹਦੇ ਨਾਲ ਸਾਡੀ ਕਾਸਟ ਉੱਦਾਂ ਘੱਟ ਜਾਂਦੀ ਹੈ ਰਾਈਟ ਅਤੇ ਇੱਦਾਂ ਅਸੀਂ ਕਦੀ ਫੰਡਸ ਦੇ ਵਿੱਚੋਂ ਇੱਦਾਂ ਨਹੀਂ ਕਿਹਾ ਵੀ ਆਪਣੀ ਟਿਕਟ ਵੀ ਲਾਈਏ ਰਾਈਟ ਉਹ ਵੀ ਪੱਲਿਓਂ ਲਾਈ ਦੀ ਹੈ ਬਹੁਤ ਖੂਬ ਅਬ ਇਹ ਜੈਸੇ ਆਪਣੇ ਕਿਹਾ ਕਿ ਇਹ ਪਾਇਲਟ ਪ੍ਰੋਜੈਕਟ ਜੋ ਆਪ ਲਾਂਚ ਕਰ ਰਹੇ ਕਬ ਹੋਗਾ ਇਹ ਔਰ ਖਾਸ ਤੌਰ ਕੇ ਉੱਪਰ ਜੈਸੇ ਆਪਣੇ ਬਾਤ ਕੀ ਸਿਲੈਕਸ਼ਨ ਕੀ ਅਬ ਸਿਲੈਕਸ਼ਨ ਕੈਸੇ ਹੋਤੀ ਹੈ ਕਿਉਂਕਿ ਅਬ ਬਹੁਤ ਸਾਰੇ ਲੋਕ ਹੈ ਜੋ ਆਂਖੋਂ ਕੀ ਇਹ ਸਮੱਸਿਆ ਸੇ ਜੂਝ ਰਹੇ ਹੈ ਤੋ ਕਿਆ ਪਹਿਲੇ ਭਾਰਤ ਜਾਤੇ ਹੈ ਵਹਾਂ ਪੇ ਜਾ ਕੇ ਕੋਈ ਸਿਲੈਕਸ਼ਨ ਕ੍ਰਾਈਟੀਰੀਆ ਜੋ ਹੈ ਆਪ ਜਾ ਕੇ ਚੁਣਤੇ ਹੈ ਉਨਕੋ ਜਾਂ ਕੋਈ ਆਪਕਾ ਗਰੁੱਪ ਵਹਾਂ ਪੇ ਹੈ ਜੋ ਇਹ ਕਾਮ ਕਰਦਾ ਹੈ ਤੋ ਪਹਿਲੀ ਬਾਤ ਤੋ ਇਹ ਪਾਇਲਟ ਪ੍ਰੋਜੈਕਟ ਜੈਸੇ ਮੈਨੇ ਬਤਾਇਆ ਯੂਪੀ ਮੇਂ ਲਾਂਚ ਕਰ ਰਹੇ ਹਮ ਔਰ ਹਮ ਗਵਰਨਮੈਂਟ ਆਫ ਇੰਡੀਆ ਕੋ ਇਨਵੋਲਵ ਕਰ ਰਹੇ ਹੈ ਇਸਮੇਂ ਇਹ ਬਤਾਨੇ ਕੇ ਲੀਏ ਕਿ ਇਸ ਤਰ੍ਹਾਂ ਕੇ ਅਗਰ ਪ੍ਰੋਜੈਕਟਸ ਕਰੇ ਜਾਏ ਤੋ ਭਾਰਤ ਕੀ ਜੋ ਬਲਾਇੰਡਨੈਸ ਕੀ ਸਮੱਸਿਆ ਹੈ ਖਤਮ ਹੋ ਸਕਦੀ ਹੈ ਰਾਈਟ ਇੱਕ ਚੀਜ਼ ਔਰ ਵੀ ਸਾਥ ਮੇਂ ਬਤਾ ਦੂੰ ਕਿ ਹਿੰਦੁਸਤਾਨ ਮੇਂ ਸਭ ਸੇ ਜ਼ਿਆਦਾ ਬਲਾਇੰਡ ਹੈ ਵਰਲਡ ਕੇ ਅੰਦਰ ਬਹੁਤ ਬੜੀ ਪਾਪੂਲੇਸ਼ਨ ਜੋ ਹੈ ਬਲਾਇੰਡ ਹੋ ਰਹੀ ਹੈ ਕੈਸਪੈਕਟ ਕੀ ਵਜ੍ਹਾ ਸੇ ਅੱਛਾ ਅਬ ਆਈ ਸਿਲੈਕਸ਼ਨ ਕੀ ਬਾਤ ਤੋ एक तो ये प्रोजेक्ट मैं पूरे साल जो भी कोई प्रोजेक्ट जैसे होना है तो पूरे साल मैं उसमें लगा ही रहता हूँ मतलब तैयार करता रहता हूँ उसको जब फाइनल लॉन्चिंग ऑफ द प्रोजेक्ट होता है तब मैं इंडिया में खुद होता हूँ फिर कि किस तरह से सिलेक्शन करना है तो सिलेक्शन के हमारे दो ही क्राइटेरिया है पहला क्राइटेरिया है उसकी फाइनेंशियल कंडीशन क्या है जी तो उसके लिए क्योंकि हम बिल्कुल राइट आदमी तक पहुँच सकें देखिए ऐसे लोगों को इन्फॉर्मेशन भी नहीं मिलती है बिल्कुल तो हम क्या करते हैं हम लोग स्लम्स में रोड्स पे जहाँ पर ऐसी पॉपुलेशन है माइग्रेटरी पॉपुलेशन है गरीब पॉपुलेशन है स्लम्स हैं गरीब जगहें हैं गरीब बस्तियां हैं या पेरिफेरल एरियाज हैं वहीं पे हमारे इंफॉर्मेशन कैंप्स लगेंगे इंफॉर्मेशन कैंप्स हमारे एक मेडिकल के कैंप से पहले हमारे 2500 इंफॉर्मेशन कैंप्स लगते हैं एक एक दिन में दो दो इन्फॉर्मेशन कैंप्स लगते हैं जहाँ पे हम डेटा बनाते हैं लोग हमारे पास आते हैं पूछते हैं भाई साहब ये क्या हो रहा है तो हम उनको समझाते हैं फिर उनको रजिस्टर कर लेते हैं एक आईडी कार्ड हाथ के हाथ दे लेते हैं तो ये पहली सिलेक्शन प्रोसेस हो गई क्योंकि हम उस एरिया में गए जहाँ पर ऑलरेडी गरीब लोग रहते हैं जी फिर हम हमारे वॉलंटियर्स उनसे डिस्कस करने के बाद हमें समझ में आ जाता है कि ये आदमी गरीब है एक बार रजिस्टर हो जाते हैं तो हम उनको मेडिकल कैंप में बुलाते हैं मेडिकल कैंप में बुलाने के लिए भी उनको आने जाने तक का खर्चा भी देते हैं हम लोग मेडिकल कैंप में उनका सिलेक्शन होना चाहिए कि उनको डायबिटिक्स नहीं है और उनका कैटरेक्ट हो सकता है तो ये जो प्रोसीजर है ये डॉक्टर्स लोग करेंगे तो उस मेडिकल कैंप में डॉक्टर्स वगैरह ज़्यादा होते हैं और ये जब सिलेक्शन हो जाता है तब उनको हम ऑपरेशन की डेट देते हैं और ऑपरेशन की जब होता है उनका तो उनको खाना पीना देना उनको फिर आने जाने का खर्चा देना चश्मा देना वो सब करते हैं हम इस तरह से तो सिलेक्शन प्रोसेस की जो स्टार्टिंग है इन्फॉर्मेशन कैंप्स की सारी डेट्स डिसाइड हो जाएंगी सब कुछ हो जाएगा और मैं फिर चला जाता हूँ यूजली मैं 45 days to 50 days इंडिया में रहता हूँ जी मैं वहीं पर रहता हूँ इस काम को करने के लिए ਇੰਦਰ ਜੀ ਦੱਸੋ ਕਿ ਜਿਹੜਾ ਹੁਣ ਫੰਡਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਅੱਜ ਟੈਕਨੋਲੋਜੀ ਦੀ ਬੜੀ ਐਡਵਾਂਸਮੈਂਟ ਹੋ ਗਈ ਤੁਸੀਂ ਘਰ ਬੈਠੇ ਹੀ ਡੋਨੇਟ ਕਰ ਸਕਦੇ ਹੋ ਆਪਣੇ ਕ੍ਰੈਡਿਟ ਕਾਰਡ ਰਾਹੀਂ ਕੀ ਇਹ ਫੈਸਿਲਿਟੀ ਅਵੇਲੇਬਲ ਹੈਗੀ ਹੈ ਅਤੇ ਇਹ ਫੰਡਸ ਜਿਸ ਤਰ੍ਹਾਂ ਤੁਸੀਂ ਕਿਹਾ ਫੰਡ ਰੇਜਰਸ ਰਾਹੀਂ ਵੀ ਤੁਸੀਂ ਔਰਗਨਾਈਜ਼ ਕਰਕੇ ਕੋਈ ਡਿਨਰ ਕਰਕੇ ਜਾਂ ਹੋਰ ਚੈਰਿਟੀ ਦਾ ਇਵੈਂਟ ਕਰਕੇ ਪੈਸੇ ਇਕੱਠੇ ਕਰਦੇ ਹੋ ਪਰ ਇੰਡੀਵਿਜੁਅਲ ਤੌਰ 'ਤੇ ਜਿਹੜੇ ਕਰੋ ਵਿਅਕਤੀ ਦੇਣਾ ਚਾਹੇ ਔਨਲਾਈਨ ਕੀ ਦੇ ਸਕਦਾ ਅਸੀਂ ਔਨਲਾਈਨ ਦੀ ਅਸੀਂ ਫੈਸਿਲਿਟੀ ਸੈਟਅਪ ਕਰਦੇ ਪਏ ਹਾਂ ਦੋ ਜਿੱਦਾਂ ਹੁਣ ਇਹ ਸਾਡੀ ਐਨ ਜੀ ਓ ਰਜਿਸਟਰਡ ਆ ਪਰ ਜਿੱਦਾਂ ਹਰ ਵਾਰੀ ਚੈਲੰਜਸ ਆ ਜਾਂਦੇ ਨੇ ਅਤੇ ਉਹ ਜਿਹੜੀ ਆ ਕ੍ਰੈਡਿਟ ਕਾਰਡ ਦੀ ਔਨਲਾਈਨ ਦੀ ਉਹ ਸੈਟਅਪ ਹੋ ਰਹੀ ਆ ਬਟ ਐਨੀਬਡੀ ਕੈਨ ਡਰੋਪ ਚੈੱਕ ਰਾਈਟ ਉਹ ਚਾਹੇ ਕਲੈਕਟ ਕਰ ਲਈਏ ਉਹਨਾਂ ਦੇ ਘਰੋਂ ਸਾਨੂੰ ਫੋਨ ਕਰ ਦੇਣ ਸਾਨੂੰ ਟੈਕਸਟ ਕਰ ਦੇਣ ਬੰਦਾ ਕਹਿੰਦਾ ਵੀ ਚਲੋ ਮੈਂ ਫੋਨ ਨਹੀਂ ਕਰ ਸਕਦਾ ਗੱਲ ਹੋ ਗਈ ਸਿਰਫ ਇੱਕ ਨੰਬਰ ਹੈਗਾ ਜਿਹੜਾ ਐਕਸਕਲੂਸਿਵਲੀ ਉਹ ਟੈਕਸਟ ਵਾਸਤੇ ਆ ਜੇ ਉੱਤੇ ਟੈਕਸਟ ਕੀਤਾ ਜਾ ਸਕਦਾ ਬਾਕੀ ਨੰਬਰ ਹੈਗੇ ਨੇ ਜਿਨ੍ਹਾਂ 'ਤੇ ਕਾਲ ਕੀਤੀ ਜਾ ਸਕਦੀ ਹੈ ਈਮੇਲ ਕੀਤੀ ਜਾ ਸਕਦੀ ਆ ਅਤੇ ਡਿਟੇਲ ਜਿਹੜੀ ਦੇਖਣੀ ਆ ਉਹ ਜਿਹੜੀ ਸਾਡੀ ਵੈਬਸਾਈਟ ਹੈਗੀ ਆ friendforcause.org ਉੱਥੇ ਜਾ ਕੇ ਸਾਡਾ ਸਾਰੀ ਡਿਟੇਲ ਦੇਖੀ ਜਾ ਸਕਦੀ ਆ ਰਾਈਟ ਐਂਡ ਕੀ ਇਹ ਟੈਕਸ ਡਿਡਕਟੇਬਲ ਹੈ ਸਾਰੇ ਪੈਸੇ ਜਿਹੜੇ ਹੈਗੇ ਰਸੀਦ ਮਿਲਦੀ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਸਾਰੀ ਕਿਉਂਕਿ ਐਨ ਜੀ ਓ ਰਜਿਸਟਰਡ ਆ ਅਤੇ ਤੁਸੀਂ ਇਹਨੂੰ ਆਪਣੀ ਐਕਸਪੈਂਸ ਡਿਟੈਕਟ ਕਰ ਸਕਦੇ ਹੋ ਐਜ਼ ਅ ਚੈਰਿਟੀ ਡੋਨੇਸ਼ਨ ਆਈ ਜਸਟ ਵਾਂਟ ਟੂ ਐਡ ਵਨ ਮੋਰ ਥਿੰਗ ਕਿ ਵੀ ਹੈਵ ਨੋਟ ਰਜਿਸਟਰਡ ਫੋਰ ਦਾ ਵਿਦ ਸੀ ਆਰ ਏ ਫੋਰ ਦਾ ਟੈਕਸ ਥਿੰਗ ਬਟ ਪੀਪਲ ਡੂ ਆਈ ਮੀਨ ਦੇ ਵੈਨ ਦੇ ਗਿਵ ਟੂ ਦਾ ਚੈਰਿਟੀ ਦੇ put it as a tax receipt they can do that okay. but ek do process hoti hai ek organization ki registration ki bilkul as a charity chal raha hai wo system ji wo hum uske liye 3 saal minimum hone chahiye aapko then you can apply for that cra ke to isliye hum log we will be applying for that also okay acha ek
ਗਵਰਨਮੈਂਟ ਇਜ਼ ਐਕਸੈਪਟਿੰਗ ਕਿ ਆਪਾਂ ਇਹਨੂੰ ਟੈਕਸ ਡਿਡਕਸ਼ਨ ਪਾ ਸਕਦੇ ਪਾ ਸਕਦੇ ਯੈਸ ਦੇ ਆਰ ਐਕਸੈਪਟਿੰਗ ਯੈਸ ਅੱਛਾ ਇੱਕ ਬਾਤ ਜੋ ਆਪਨੇ ਕੀ ਇੱਕ ਛੋਟਾ ਸਾ ਇਨਸੀਡੈਂਟ ਜੋ ਥਾ ਉਸਕੇ ਬਾਅਦ ਕਈ ਵਾਰ ਹੋਤਾ ਹੈ ਇਨਸਾਨ ਗਮੀ ਮੇਂ ਡੂਬ ਜਾਤਾ ਹੈ ਲੇਕਿਨ ਉਸੀ ਗਮ ਕੋ ਆਪਨੇ ਇਸ ਇਵੈਂਟ ਸੇ ਜੋ ਹੈ ਹਜ਼ਾਰੋਂ ਲੋਕੋਂ ਕੀ ਆਂਖੇ ਜੋ ਹੈ ਉਹ ਠੀਕ ਹੋ ਰਹੀ ਹੈ ਆਪ ਜਾ ਕੇ ਵਹਾਂ ਪੇ ਕਰਤੇ ਹੈ ਆਖਿਰ ਮੇਂ ਕਿਆ ਕਹਿਣਾ ਚਾਹੇਂਗੇ ਯੇ ਸਭ ਕਰਨੇ ਕਾ ਜੋ ਮਕਸਦ ਹੈ ਦੂਸਰੋਂ ਕੀ ਮਦਦ ਕਰਨਾ ਹੈ ਜੈਸੇ ਆਪਨੇ ਕਹਾ ਔਰ ਯਹਾਂ ਪੇ ਆਪਕੇ ਜੋ ਸੁਹਿਰਦ ਮਿੱਤਰ ਹੈ ਸੱਜਣ ਹੈ ਉਹ ਸਾਥ ਮੇਂ ਜੁੜ ਕੇ ਆਗੇ ਆ ਰਹੇ ਹੈ ਲਾਸਟਲੀ ਕਿਆ ਕਹਿਣਾ ਚਾਹੇਂਗੇ ਆਜ ਹਮਾਰੇ ਵਿਊਜ਼ ਕੋ ਆਪ ਮੈਂ ਸਭਸੇ ਯਹੀ ਕਹਿਣਾ ਚਾਹੂੰਗਾ ਕਿ ਜੋ ਸ਼ੇਅਰਿੰਗ ਹੈ ਬੜੀ ਲਾਈਫ ਮੇਂ ਬਹੁਤ ਇੰਪੋਰਟੈਂਟ ਹੈ ਗਿਵਿੰਗ ਬੈਕ ਟੂ ਦਾ ਸੋਸਾਇਟੀ ਬਹੁਤ ਇੰਪੋਰਟੈਂਟ ਐਸਪੈਕਟ ਹੈ ਆਪ ਹਮੇਂ ਚਾਹੇ ਇੱਕ ਸਰਜਰੀ ਕੇ ਦੇਂ ਚਾਹੇ ਦੋ ਕੇ ਦੇਂ ਚਾਹੇ ਬਿਲਕੁਲ ਮਤ ਦੇਂ ਲੇਕਿਨ ਅਗਰ ਹਮਾਰੇ ਕੌਜ਼ ਕੋ ਆਪ ਸੁਣ ਰਹੇ ਹੈ ਅੱਜ ਤੋਂ ਹਮਾਰੀ ਵੈਬਸਾਈਟ ਪੇ ਜ਼ਰੂਰ ਜਾ ਕੇ ਦੇਖੇਂ ਔਰ ਕਿਸੀ ਨਾ ਕਿਸੀ ਔਰਗਨਾਈਜੇਸ਼ਨ ਕੇ ਸਾਥ ਜ਼ਰੂਰ ਜੁੜੇਂ ਕਿਉਂਕਿ ਅਗਰ ਆਪ ਜੁੜੇਂਗੇ ਖੁਦ तो आप अपने बच्चों को सिखा पाएंगे एब्सोल्युटली एज रोल मॉडल यही कहना चाहूंगा बस एज रोल मॉडल मैं आपका फोन नंबर जहां पे अगर किसी ने संपर्क करना हो तो मेरा फोन नंबर है 604-366-6942 जी तो थोड़ा इंद्र जी मेरा नंबर है जी 604-282-7777 थोड़ा बहुत धन्यवाद जी दोनों का जी एक नंबर और हैगा ਉੱਤੇ ਤੁਸੀਂ ਕਾਲ ਕਰਨ ਦੀ ਨਹੀਂ ਲੋੜ ਤੁਸੀਂ ਸਿਰਫ ਟੈਕਸਟ ਕਰ ਸਕਦੇ ਹੋ ਕਿ ਮੇਰਾ ਆਹ ਨੰਬਰ ਆ ਆਹ ਆ ਮੈਂ ਜੋ ਵੀ ਇੰਟਰਸਟਡ ਹੈਗਾ ਉਹ ਨੰਬਰ ਹੈਗਾ ਜੀ 778-712-9000 ਬਹੁਤ ਖੂਬ ਜੀ ਦੋਨਾਂ ਦਾ ਧੰਨਵਾਦ ਅਤੇ ਬੈਸਟ ਵਿਸ਼ਿਸ ਤੁਸੀਂ ਜਿਹੜਾ ਨੇਕ ਇਰਾਦੇ ਨਾਲ ਕੰਮ ਕਰ ਰਹੇ ਹੋ ਔਰ ਕਾਮਯਾਬੀ ਮਿਲੇ ਆਪਕੋ ਔਰ ਇਸੀ ਤਰੀਕੇ ਸੇ ਲੋਕੋਂ ਕੀ ਮਦਦ ਹੋ ਸਕੇ ਥੈਂਕ ਯੂ ਐਂਡ ਬੈਸਟ ਵਿਸ਼ਿਸ ਥੈਂਕ ਯੂ ਜੀ ਥੈਂਕ ਯੂ ਹਰਪ੍ਰੀਤ ਜੀ